ਜਲੰਧਰ ਵਿੱਚ ਯੂਥ ਕਾਂਗਰਸੀ ਨੇ ਸੈਂਟਰ ਸਰਕਾਰ ਅਤੇ ਮਹਿੰਗਾਈ ਦੇ ਖਿਲਾਫ ਅਨੋਖਾ ਪ੍ਰਦਰਸ਼ਨ ਕਰਦੇ ਹੋਏ ਟਾਂਗੇ ਦੇ ਉੱਪਰ ਮੋਟਰਸਾਈਕਲ ਅਤੇ ਸਿਲੰਡਰ ਰੱਖ ਅਤੇ ਕਾਰ ਬੰਦ ਰੈਲੀ ਨਿਕਾਲੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਯੂਥ ਪ੍ਰਧਾਨ ਪਰਮਜੀਤ ਸਿੰਘ ਬਲ ਦੇ ਨੇਤੱਤਵ ਵਿੱਚ ਨਿਕਾਲੇ ਗਏ ਪ੍ਰਦਰਸ਼ਨ ਦੇ ਦੌਰਾਨ ਬਲ ਨੇ ਕਿਹਾ ਹੈ ਕਿ ਮੋਦੀ ਜੀ ਦੇ ਸ਼ਾਸਨ ਕਾਲ ਵਿੱਚ ਮਹਿੰਗਾਈ ਵਧੀ ਹੈ। ਪਹਿਲਾਂ ਨੋਟਬੰਦੀ ਅਤੇ ਫਿਰ GST ਤੋਂ ਬਾਅਦ ਵਪਾਰ ਠੱਪ ਹੋ ਗਿਆ ਹੈ। ਦਿਨ ਪ੍ਰਤੀ ਦਿਨ ਮਹਿੰਗਾਈ ਵੱਧ ਰਹੀ ਹੈ। ਪੈਟਰੋਲ ਦੀ ਕੀਮਤਾਂ ਵਿੱਚ ਵੀ ਇਜ਼ਾਫਾ ਹੋਇਆ ਹੈ। ਅੱਜ ਜੀ ਜੋ ਹੈਗਾ ਗਰੀਬ ਵਰਗ ਦੀਆਂ ਜ਼ਰੂਰਤਾਂ ਜੋ ਹੁੰਦੀਆਂ ਵਿਚਾਰੇ ਗਰੀਬ ਦੀਆਂ ਜੋ ਜ਼ਰੂਰਤਾਂ ਉਹਦੇ ਬਾਰੇ ਅਸੀਂ ਪ੍ਰਦਰਸ਼ਨ ਕੀਤਾ ਵਾ। ਤਹਿਸੀਲ ਚੌਂਕ ਉੱਥੋਂ ਲੈ ਕੇ ਕਚਹਿਰੀ ਚੌਂਕ ਤੋਂ ਲੈ ਕੇ DC ਦਫ਼ਤਰ ਦਾ ਪੁਤਲਾ ਵੀ ਸਾੜਿਆ ਮੋਦੀ ਦਾ। ਇਹ 'ਚ ਸਿਲੰਡਰ ਮਤਲਬ ਕਿ ਜੋ ਉਹਦੀਆਂ ਹੁੰਦੀਆਂ ਸਹੂਲਤਾਂ ਉਹਦੀਆਂ ਸਾਰੀਆਂ ਅਸੀਂ ਅੱਜ ਦਿਖਾਈਆਂ। ਇੱਦਾਂ ਹੀ ਚੱਲਦੇ ਰਹੂਗੇ, ਪ੍ਰਦਰਸ਼ਨ ਚੱਲਦੇ ਰਹੂਗੇ ਜੀ। ਉਹਦਾ ਘਰਾਬ ਕੀਤਾ ਜਾਊਗਾ ਜਦੋਂ ਜਲੰਧਰ ਕੋਈ ਕੀਤਾ ਕੇਂਦਰੀ ਸੈਂਟਰ ਦਾ ਮੰਤਰੀ ਕੋਈ ਵੀ ਜਲੰਧਰ ਜਾਊਗਾ ਉਹਦਾ ਘਰਾਬ ਕਰਾਂਗੇ, ਯੂਥ ਕੌਮ ਘਰਾਬ ਕਰੂਗੀ। ਬਿਲਕੁਲ ਹੀ ਕੀਤਾ, ਬਿਲਕੁਲ ਹੀ ਠੱਪ ਕੀਤਾ ਹੋਇਆ ਪੰਜਾਬ ਦਾ GST। ਆਪਣੀ ਮਰਜ਼ੀ ਨਾਲ ਨੋਟਬੰਦੀ ਮੋਦੀ ਨੇ GST ਟੈਕਸ ਲਾਇਆ, ਉਹਦੇ ਕਰਕੇ ਤਾਂ ਬਿਲਕੁਲ ਵਪਾਰ ਵਰਗ ਬਿਲਕੁਲ ਹੀ ਖਤਮ ਹੋਣ ਦੀ ਕਗਾਰ 'ਤੇ ਪੁੱਛੂਗਾ ਵਾ। ਜਲੰਧਰ ਤੋਂ ਜਤਿੰਦਰ ਸ਼ਰਮਾ ਦੀ ਰਿਪੋਰਟ, ਚੈਨਲ 2।